ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਵਿਸਾਖੀ ਆਉਣ ਵਾਲੀ ਹੈ ਤੇ ਵਿਸਾਖੀ ਦੇ ਦੌਰਾਨ ਜਿਹੜੇ ਕਿਸਾਨ ਹੁੰਦੇ ਨੇ ਉਹ ਕਣਕ ਦੀ ਵਾਢੀ ਕਰਕੇ ਮੰਡੀਆਂ ਦੇ ਵਿੱਚ ਆਉਂਦੇ ਨੇ ਤੇ ਮੰਡੀਆਂ ਦੇ ਵਿੱਚ ਆ ਕੇ ਆਪਣੀ ਕਣਕ ਦੀ ਖਰੀਦ ਫਰੋਖ ਕਰਦੇ ਨੇ। ਹਾਲਾਂਕਿ ਲੋਕਡਾਊਨ ਚੱਲ ਰਿਹਾ ਤੇ ਇਸ ਲੋਕਡਾਊਨ ਦੇ ਦੌਰਾਨ ਕਿਸ ਤਰੀਕੇ ਦੇ ਕਣਕ ਦੀ ਜਿਹੜੀ ਖਰੀਦ ਫਰੋਖ ਹੋਣੀ ਹੈ ਉਸਦੀ ਕੀ ਇੰਤਜ਼ਾਮਾਤ ਨੇ, ਇਸ ਬਾਰੇ 'ਚ ਅਸੀਂ ਗੱਲ ਕਰਨ ਪਹੁੰਚੇ ਹਾਂ ਪੰਜਾਬ ਮੰਡੀ ਬੋਰਡ ਦੇ ਮਾਰਕੀਟਿੰਗ ਕਮੇਟੀ ਦੇ ਸਕੱਤਰ ਸੁਖਦੀਪ ਸਿੰਘ ਜੀ ਦੇ ਨਾਲ। ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਤੇ ਜਾਣਦੇ ਹਾਂ ਕਿ ਕੀ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਜਿਹੜੀ ਕਣਕ ਹੈ ਉਹਦੀ ਖਰੀਦ ਫਰੋਖ ਦੇ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਸਰਕਾਰ ਵੱਲੋਂ 15 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਜਿਵੇਂ ਕਿ ਪੰਜਾਬ ਮੰਡੀ ਬੋਰਡ ਵੱਲੋਂ ਮੰਡੀ ਦੇ ਵਿੱਚ ਸਫਾਈ ਦੇ, ਪਾਣੀ ਦੇ ਅਤੇ ਛਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਇਸ ਵਾਰ ਥੋੜ੍ਹੇ ਸਪੈਸ਼ਲ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਜਿਹੜੇ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆ ਰਹੇ ਨੇ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਜੋ ਸੋਸ਼ਲ ਡਿਸਟੈਂਸ ਆ ਉਹਨੂੰ ਮੰਡੀਆਂ ਵਿੱਚ ਮੇਨਟੇਨ ਕੀਤਾ ਜਾਵੇ। ਇਹਦੇ ਲਈ ਅਸੀਂ ਬਕਾਇਦਾ ਮੰਡੀਆਂ ਦੇ ਵਿੱਚ ਮਾਰਕਿੰਗ ਕਰਵਾਈ ਜਾ ਰਹੀ ਹੈ। ਕਰਤਾਰਪੁਰ ਮੰਡੀ ਵਿੱਚ ਮਾਰਕਿੰਗ ਮੁਕੰਮਲ ਹੋ ਗਈ ਹੈ। ਨਾਲ ਹੀ ਕਰਤਾਰਪੁਰ ਮੰਡੀ ਦੇ ਵਿੱਚ ਸੋਪ ਡਿਸਪੈਂਸਰ ਹੱਥ ਧੋਣ ਲਈ ਲਗਾਏ ਜਾ ਰਹੇ ਨੇ। ਇਸ ਤੋਂ ਇਲਾਵਾ ਮੰਡੀ ਦੀਆਂ ਗਿਣਤੀਆਂ ਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮੰਡੀਆਂ ਦੇ ਵਿੱਚ ਰਸ਼ ਨਾ ਹੋਵੇ। ਪਹਿਲਾਂ ਪੰਜਾਬ ਮੰਡੀ ਬੋਰਡ ਦੇ ਅੰਦਰ ਮੇਰੇ ਖਿਆਲ ਜਲੰਧਰ ਦੀਆਂ 8 ਮੰਡੀਆਂ ਆਉਂਦੀਆਂ ਸਨ, ਹੁਣ ਕਿੰਨੀਆਂ ਮੰਡੀਆਂ ਜਿਹੜੀਆਂ ਤੁਸੀਂ ਦੱਸਿਆ ਕਿ ਕਾਊਂਟ ਵਾਧਾ ਹੋਇਆ, ਕਿੰਨੀਆਂ ਮੰਡੀਆਂ ਹੋ ਗਈਆਂ ਨੇ ਜੀ? ਜਿਵੇਂ ਤੁਸੀਂ ਕਿਹਾ ਕਿ ਪਹਿਲਾਂ 8 ਮੰਡੀਆਂ ਨੇ ਜਲੰਧਰ ਮਾਰਕੀਟ ਕਮੇਟੀ ਦੇ ਅਧੀਨ, ਹੁਣ 7 ਪਰਚੇਜ ਸੈਂਟਰ ਹੋਰ ਸ਼ੈਲਰਾਂ ਨੂੰ ਪਰਚੇਜ ਸੈਂਟਰਾਂ ਵਿੱਚ ਬਦਲ ਕੇ 7 ਹੋਰ ਨੋਟੀਫਾਈ ਕੀਤੇ ਗਏ ਨੇ। ਕੁੱਲ ਗਿਣਤੀ 8 ਤੋਂ ਵਧਾ ਕੇ 15 ਕੀਤੀ ਗਈ ਹੈ ਤਾਂ ਜੋ ਕਿਸਾਨਾਂ ਦੀ ਡਿਸਟ੍ਰੀਬਿਊਸ਼ਨ ਉਸ ਹਿਸਾਬ ਨਾਲ ਹੋ ਸਕੇ ਅਤੇ ਆੜ੍ਹਤੀਆਂ ਦੀ ਵੀ ਕਿ ਮੰਡੀ ਦੇ ਵਿੱਚ ਰਸ਼ ਨਾ ਹੋਵੇ। ਸਰ, ਇੱਕ ਸਵਾਲ ਮੇਰਾ ਹੋਰ ਇਹ ਆਉਂਦਾ ਕਿ ਜਿਹੜੇ ਹੁਣ ਆੜ੍ਹਤੀ ਇੱਥੇ ਆਉਣਗੇ, ਜਿਹੜੇ ਕਿਸਾਨ ਇੱਥੇ ਆਉਣਗੇ, ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਪਾਸ ਇਸ਼ੂ ਕੀਤਾ ਹੋਵੇ ਕਿ ਉਹ ਇਸੇ ਆੜ੍ਹਤੀ ਨੂੰ ਜਾਂ ਕੁਛ ਇੱਦਾਂ ਦੇ ਕੋਈ ਪਾਸ ਸਿਸਟਮ ਆਪਾਂ ਇੱਥੇ ਅਲੋਟ ਕੀਤਾ ਤਾਂ ਕਿ ਜਿਹੜਾ ਰਸ਼ ਦੇ ਵਿੱਚ ਹੈ ਉਹ ਗਿਣਤੀ ਦੇ ਵਿੱਚ ਕਿਸਾਨ ਇੱਥੇ ਆਉਣ ਅਤੇ ਉਹ ਜਿਹੜਾ ਪਾਸ ਜੇ ਹੋਏਗਾ ਵੀ ਤਾਂ ਕਿੰਨੀ ਦੇਰ ਲਈ ਵੈਲਿਡ ਹੋਏਗਾ? ਪੰਜਾਬ ਸਰਕਾਰ ਨੇ ਰਸ਼ ਤੋਂ ਬਚਣ ਲਈ, ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਪਾਸ ਦੀ ਵਿਵਸਥਾ ਕੀਤੀ ਹੈ। ਹੋਲੋਗ੍ਰਾਮਿਕ ਪਾਸ ਜਿਹੜੇ ਆ ਉਹ ਸਰਕਾਰ ਵੱਲੋਂ ਭੇਜੇ ਜਾ ਰਹੇ ਆ ਪੰਜਾਬ ਮੰਡੀ ਬੋਰਡ ਵੱਲੋਂ। ਪਿਛਲੇ ਸਾਲ ਜੋ ਆੜ੍ਹਤੀਆਂ ਦੀ ਆਮਦ ਆਈ ਹੈ, ਜੋ ਉਹਨਾਂ ਨੇ ਕਣਕ ਦੀ ਆਮਦ, ਕਿਸੇ ਆੜ੍ਹਤੀਆਂ ਨੇ ਜੋ ਵੀ ਕਣਕ ਤੋਲੀ ਹੈ ਜਾਂ ਉਹਦੇ ਫੜ 'ਤੇ ਜੋ ਆਮਦ ਆਈ ਹੈ ਉਸ ਹਿਸਾਬ ਨਾਲ ਉਹਨੂੰ ਪਾਸ ਜਾਰੀ ਕੀਤੇ ਜਾਣਗੇ। ਇੱਕ ਪਾਸ ਜੋ ਆ ਉਹਦੇ 'ਤੇ 50 ਕੁਇੰਟਲ ਤਕਰੀਬਨ ਜਿਹੜੀ ਉਹ ਕਣਕ ਲੈ ਕੇ ਆ ਸਕਦਾ ਹੈ, ਉਹ ਟਰਾਲੀ ਦੇ ਸਾਈਜ਼ ਨਾਲ ਵੱਧ ਘੱਟ ਥੋੜ੍ਹੀ ਬਹੁਤੀ ਹੋ ਸਕਦੀ ਹੈ। ਉਹ ਪਾਸ ਹਦਾਇਤਾਂ ਮੁਤਾਬਕ 24 ਘੰਟੇ ਲਈ ਵੈਲਿਡ ਹੋਵੇਗਾ ਅਤੇ ਇੱਕ ਪਾਸ 'ਤੇ ਇੱਕ ਟਰਾਲੀ ਕਿਸਾਨ ਲੈ ਕੇ ਆ ਸਕੇਗਾ। ਨਾਲ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿਸਾਨ ਵੀਰਾਂ ਨੂੰ ਕਿ ਉਹ ਇਹ ਓਰਿਜਨਲ ਪਾਸ ਜੋ ਜਾਰੀ ਕੀਤਾ ਗਿਆ ਸਿਰਫ ਉਹੀ ਲੈ ਕੇ ਆਉਣ, ਉਹਦੀ ਫੋਟੋ ਸਟੇਟ ਜਾਂ ਆਪਾਂ ਫੋਨ 'ਚ ਫੋਟੋ ਉਹ ਨਹੀਂ ਚੱਲੇਗੀ, ਓਰਿਜਨਲ ਪਾਸ ਹੀ ਚੱਲੇਗਾ। ਹੋਰ ਕੋਈ ਇੱਦਾਂ ਦੀ ਜਾਣਕਾਰੀ ਜਿਹੜੀ ਤੁਸੀਂ ਕਿਸਾਨ ਜਿਹੜੇ ਇੱਥੇ ਆਉਣਗੇ ਆਪਣੀ ਦਾਣਾ ਲੈ ਕੇ ਆਉਣਗੇ ਜਾਂ ਆਪਣੀ ਕਣਕ ਲੈ ਕੇ ਆਉਣਗੇ ਉਹਨਾਂ ਲਈ ਕੋਈ ਹੋਰ ਹਿਦਾਇਤ ਜਿਹੜੀ ਤੁਸੀਂ ਆਪਣੇ ਮੰਡੀ ਬੋਰਡ ਵੱਲੋਂ ਜਾਂ ਜਲੰਧਰ ਮਾਰਕੀਟ ਕਮੇਟੀ ਵੱਲੋਂ ਤੁਸੀਂ ਦੇਣਾ ਚਾਹੁੰਦੇ ਹੋ? ਦੇਖੋ, ਕਿਸਾਨਾਂ ਦੀ ਫਸਲ ਖਰੀਦਣ ਲਈ ਅਤੇ ਨਾਲ ਦੀ ਨਾਲ ਹੀ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਬਹੁਤ ਯਤਨ ਕੀਤੇ ਜਾ ਰਹੇ ਆ। ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਆਪਾਂ ਕਣਕ ਲੈ ਕੇ ਆਉਂਦੇ ਹਾਂ ਉਹ ਇਕੱਲਿਆਂ ਹੀ ਆਇਆ ਜਾਵੇ, ਇਹ ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ 2 ਜਣੇ 3 ਜਣੇ ਟਰੈਕਟਰ 'ਤੇ ਬਹਿ ਕੇ ਨਾ ਆਈਏ, ਇਕੱਲੇ ਹੀ ਕਿਸਾਨ ਵੱਲੋਂ ਆਇਆ ਜਾਵੇ ਅਤੇ ਸੋਸ਼ਲ ਡਿਸਟੈਂਸ ਬਕਾਇਦਾ ਬਣਾ ਕੇ ਰੱਖਿਆ ਜਾਵੇ। ਮਾਰਕਿੰਗ ਤਾਂ ਅਸੀਂ ਕਰਾਈ ਆ ਬਟ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵੀ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ। ਜਿਵੇਂ ਪੰਜਾਬ ਸਰਕਾਰ ਵੱਲੋਂ ਮਾਸਕ ਪਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ, ਮਾਸਕ ਆਪਣਾ ਪਾ ਕੇ ਰੱਖਿਆ ਜਾਵੇ ਮੰਡੀਆਂ ਦੇ ਵਿੱਚ,
ਅਤੇ ਕਣਕ ਨੂੰ ਸੁਕਾ ਕੇ ਹੀ ਮੰਡੀ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ। ਕਿਸਾਨ ਅਗਰ ਮਾਸਕ ਵਗੈਰਾ ਨਹੀਂ ਪਾ ਕੇ ਆਉਂਦਾ ਤਾਂ ਉਹਨਾਂ ਨੂੰ ਤੁਸੀਂ ਮਾਸਕ ਇੱਥੋਂ ਪ੍ਰੋਵਾਈਡ ਕਰਾ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਆਸ ਪਾਸ ਹੋਣਗੇ ਉਹਨਾਂ ਨੂੰ ਮਾਸਕ ਪ੍ਰੋਵਾਈਡ ਕਰਾਏ ਜਾਣ? ਕਾਫੀ ਟਾਈਮ ਤੋਂ ਸਰਕਾਰ ਵੱਲੋਂ ਇਸ ਜਾਗਰੂਕ ਕੀਤਾ ਜਾ ਰਿਹਾ ਆ, ਫਿਲਹਾਲ ਤਾਂ ਮਤਲਬ ਇਹ ਇਹੋ ਜਿਹੀ ਵਿਵਸਥਾ ਕੋਈ ਹੈ ਨਹੀਂ ਹੈ ਕਿ ਕਿਉਂਕਿ ਜਦੋਂ ਵੀ ਕੋਈ ਕਿਸਾਨ ਆਉਂਦਾ ਉਹਦੇ ਕੋਲ ਪਰਨਾ ਜਾਂ ਹੁੰਦਾ ਆ, ਮਾਸਕ ਵੀ ਜੇ ਨਹੀਂ ਆ ਤਾਂ ਪਰਨਾ ਹੁੰਦਾ ਆ, ਐਜ਼ ਆ ਆਪਾਂ ਪਰਨੇ ਨੂੰ ਵੀ ਮਾਸਕ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਅਤੇ ਮੇਰੀ ਫਿਰ ਸਾਰਿਆਂ ਨੂੰ ਬੇਨਤੀ ਕਿ ਮਾਸਕ ਲਿਆਂਦੇ ਜਾਣ, ਆਪਣੇ ਹੀ ਲਿਆਂਦੇ ਜਾਣ ਤਾਂ ਬਹੁਤ ਵਧੀਆ। ਇਹ ਸਨ ਸਾਡੇ ਨਾਲ ਜਲੰਧਰ ਮਾਰਕੀਟ ਕਮੇਟੀ ਦੇ ਸਕੱਤਰ, ਪੰਜਾਬ ਜਿਹੜੀ ਮੰਡੀ ਬੋਰਡ ਆ ਉਹਨਾਂ ਦੇ ਜਲੰਧਰ ਮਾਰਕੀਟ ਕਮੇਟੀ ਦੇ ਸਕੱਤਰ ਸੁਖਦੀਪ ਸਿੰਘ, ਜਿਹਨਾਂ ਨੇ ਸਾਨੂੰ ਦੱਸਿਆ ਕਿ ਕੀ ਜਿਹੜੇ ਇੰਤਜ਼ਾਮ ਨੇ ਇਸ ਵਾਰੀ ਜਿਹੜੀ ਕਣਕ ਜਿਹੜੀ ਆਏਗੀ ਉਹਦੇ ਖਰੀਦ ਫਰੋਖ ਲਈ ਕੀਤੇ ਗਏ ਨੇ। ਸੋ ਇਹ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਜਿਹੜੇ ਕਿਸਾਨ ਇੱਥੇ ਆਉਣਗੇ ਉਹਨਾਂ ਨੂੰ ਇੱਥੇ ਕੀਤੇ ਗਏ ਮਿਲਣਗੇ। ਕੈਮਰਾ ਪਰਸਨ ਜਤਿਨ ਦੇ ਨਾਲ ਮੈਂ ਸਾਜਨ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed mobile 84374 94647 84374 94648।